ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਸੋ ਪਹਿਲਾਂ ਤਾਂ ਮਾਫੀ ਚਾਹਉਣਾ ਵੀ ਕਾਫੀ ਟਾਈਮ ਬਾਅਦ ਜਿਹੜਾ ਤੁਹਾਡੇ ਨਾਲ ਰਾਬਤਾ ਕਾਇਮ ਕਰ ਰਹੇ ਹਾਂ ਕਿਉਂਕਿ ਕਣਕ ਦੀ ਬਿਜਾਈਆਂ ਚੱਲ ਰਹੀਆਂ ਸੀਗੀਆਂ ਤੇ ਸੋ ਉੱਧਰ ਜਿਹੜਾ ਹੈਗਾ ਬਿਜ਼ੀ ਸੀਗੇ ਥੋੜੇ ਜਿੇ ਤੇ ਹੁਣ ਜਿਹੜੀ ਹੈਗੀ ਬਹੁਤੀ ਕੋਈ ਜ਼ਰੂਰਤ ਵੀ ਨਹੀਂ ਸੀ ਕੋਈ ਵੀਡੀਓ ਪਾਉਣ ਦੀ ਕਿਉਂਕਿ ਜਿਹੜੀਆਂ ਬਿਜਾਈਆਂ ਤਕਰੀਬਨ ਚੱਲ ਰਹੀਆਂ ਨੇ ਤੇ ਇਸ ਵੀਡੀਓ ਚ ਕਿਸਾਨ ਵੀਰੋ ਗੱਲ ਕਰਨੀ ਕਿ ਹੁਣ ਜਿਹੜਾ ਕਣਕ ਦੀ ਬਿਜਾਈ ਤੋਂ ਬਾਅਦ ਇੱਕ ਦੋ ਵਾਰੀ ਜਿਹੜੀ بارش ਹੋ ਗਈ ਆ ਕਣਕ ਜਿਹੜੀ ڪرੰਡ ਵੀ ਹੋ ਗਈ ਖਾਨ ਵੀਰਾਂ ਦਾ ਜਿਹੜਾ ਨੁਕਸਾਨ ਵੀ ਹੋਇਆ ਬਿਜਾਈ ਤੋਂ ਬਾਅਦ ਜਿਹੜੀ ਦੁਬਾਰਾ ਬਿਜਾਈ ਕਰਨੀ ਪਈ ਜਾਂ ਕੋਈ ਹੋਰ ਢੰਗ ਵਰਤਣਾ ਪਿਆ ਜਿਹਦੇ ਨਾਲ ਜਿਹੜਾ ਹੈਗਾ ਆਪਣੀ ਪੋਪੂਲੇਸ਼ਨ ਪਲਾਂਟ ਪੋਪੂਲੇਸ਼ਨ ਪੂਰੀ ਰਵੇ ਇਸ ਵੀਡੀਓ ਚ ਚੱਕ ਦੋ ਤੁਹਾਨੂੰ ਨੁਕਤੇ ਦੱਸਣੇ ਆ ਕਿ ਜਿੱਥੇ ڪرੰਡ ਹੋ ਗਈ ਉੱਥੇ ਆਪਾਂ ਜਿਹੜਾ ਹੈਗਾ 50 ਤੋਂ 60% ਜਿੱਥੇ ਪਾਪੂਲੇਸ਼ਨ ਹੈਗੀ ਆ ਉਹ ਆਪਾਂ ਬਿਨਾ ਵਹਾਈ ਤੋਂ ਜਾਂ ਬਿਨਾ ਦੁਬਾਰਾ ਬੀਜੇ ਕਣਕ ਨੂੰ ਕਿਸ ਤਰ੍ਹਾਂ ਜਿਹੜੀ ਪਾਪੂਲੇਸ਼ਨ ਪੂਰੀ ਕਰ ਸਕਦੇ ਆ ਪਲੱਸ ਜਿਹੜਾ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਨੂੰ ਕਿਹੜੀ ਗੱਲ ਤੇ ਆਣ ਦੇਣੀ ਚਾਹੀਦੀ ਹੈ ਉਹਦੇ ਬਾਰੇ ਗੱਲ ਸਾਂਝੀ ਕਰਨੀ ਆ ਸੋ ਜਿਹੜੇ ਹੈਗੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਵਾਲਾ ਬਟਨ ਦਬਾ ਲਓ ਕਿਰਪਾ ਕਰਕੇ ਵੀਡੀਓ ਪੂਰੀ ਸੁਣ ਲਿਓ 4-5 ਮਿੰਟ ਦੀ ਵੀਡੀਓ ਹੈਗੀ ਆ ਤੇ ਅੱਗੇ ਕਿਸਾਨ ਵੀਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਮੈਂ ਚਾਹਨਾ ਕਿ ਆਪਣੇ ਨਾਲ ਵੱਧ ਤੋਂ ਵੱਧ ਕਿਸਾਨ ਵੀਰ ਜਿਹੜੇ ਆਪਣੀ ਖੇਤੀਬਾੜੀ ਜਿਹੜੇ ਪਰਿਵਾਰ ਦੇ ਵਿੱਚ ਜੁੜਨ ਹੋਰ ਸਟੇਟਾਂ ਤੋਂ ਪੰਜਾਬ ਤੋਂ ਇਲਾਵਾ ਜਿਹੜਾ ਹਰਿਆਣਾ ਰਾਜਸਥਾਨ ਯੂਪੀ ਤੋਂ ਜਿਹੜੇ ਫਾਰਮਰ ਵੱਧ ਤੋਂ ਵੱਧ ਜੁੜਨ ਤਾਂ ਕਿ ਆਪਾਂ ਹੋਰ ਨਵੀਆਂ ਵੀਡੀਓ ਕਿਉਂਕਿ ਥੱਲੇ ਜਿਹੜੇ ਥੋੜੇ ਸੁਝਾਅ ਆਉਂਦੇ ਆ ਥੋੜੇ ਸਵਾਲ ਆਉਂਦੇ ਆ ਉਹਨਾਂ ਤੇ ਬੇਸ ਤੇ ਮੈਂ ਜਿਹੜੀਆਂ ਅਗਲੀਆਂ ਵੀਡੀਓ ਪਾਉਂਗਾ ਜਿਹੜੇ ਤੁਹਾਡੇ ਤੋਂ ਕਮੈਂਟ ਆਉਣਗੇ ਥੱਲੇ ਕਿਰਪਾ ਕਰਕੇ ਆਪਣੇ ਸੁਝਾਅ ਕਮੈਂਟ ਜਾਂ ਸਵਾਲ ਜ਼ਰੂਰ ਦੱਸਿਓ ਉਹ ਤੇ ਮੈਂ ਵੀਡੀਓ ਪਾਉਂਗਾ ਜ ਸੋ ਕਿਸਾਨ ਵੀ ਜਿਹੜੀ ਕਣਕ ਜੀ ਬਜਾਈ ਚੱਲ ਰਹੀ ਹੈ ਤਕਰੀਬਨ ਜਿਹੜੀ ਹੈਗੀ ਬਜਾਈ ਕੰਪਲੀਟਾਂਗੂ ਨਹੀਂ ਹੈਗੀ ਆ ਤੇ ਜਿਹੜੀਆਂ 30 86 ਆ 29 67 ਆ ਜਿਹੜੀਆਂ ਸਮੇਂ ਸਰ ਬਜਾਈ ਵਾਲੇ ਕਿਸਾਨ ਵੀਰੋ 28 51 ਚਾਹੇ 32 26 ਐ ਚਾਹੇ ਆਪਣੀ 1105 ਐ ਜਿੰਨੀਆਂ ਵੀ ਸਮੇਂ ਸਰ ਬਜਾਈ ਵਾਲੇ ਕਿਸਮਾਂ ਕਿਸਾਨ ਵੀਰਾਂ ਦੇ ਕਈ ਜਿਹੜੇ ਥੱਲੇ ਕਮੈਂਟ ਵੀ ਆਈ ਸੀ ਕਿੰਨਾ ਟਾਈਮ ਆ ਕਿਸਾਨ ਵੀਰੋ 25 ਤੋਂ 28 ਨਵੰਬਰ ਤੱਕ ਜਿਹੜਾ ਸਹੀ ਸਮਾਂ ਹੈਗਾ 3 ਨਵੰਬਰ ਤੱਕ ਵੀ ਤੁਸੀਂ ਬੀਜ ਸਕਦੇ ਹੋ ਪਰ ਮੈਨੂੰ ਲੱਗਦਾ ਕਿ ਜਿਹੜਾ ਹੈਗਾ 22-25 ਨਵੰਬਰ ਤੱਕ ਜਿਹੜੀ ਹੈਗੀ ਆਪਣੀ ਬਜਾਈ ਤਕਰੀਬਨ ਕੰਪਲੀਟ ਹੋਣੀ ਚਾਹੀਦੀ ਹੈ ਸਮੇਂ ਸਾਰ ਕਿਸਮਾਂ ਜਿਹੜੀਆਂ ਬਜਾਈ ਆਪਾਂ ਕਰ ਸਕਦੇ ਹਾਂ ਐਚਡੀ 3086 2967 ਆ 1105 ਆ ਪੀਬੀਡਬਲਯੂ ਉન્નਤ ਪੀਬੀਡਬਲਯੂ 343 ਆ ਚਾਹੇ ਆਪਣੀ 550 ਐ 3226 ਐ 2851 ਜਾਂ ਜਿੰਨੀਆਂ ਵੀ ਐਚਡੀ ਵੈਰਾਈਟੀਆਂ ਨੇ ਆਪਾਂ ਸਾਰੀਆਂ ਜਿਹੜੀਆਂ ਹੈਗੀਆਂ 25 ਨਵੰਬਰ ਤੱਕ ਕਿਸਾਨ ਵੀਰੋ ਬਿਲਕੁਲ ਸਹੀ ਸਮਾਂ ਹੈਗਾ ਤੁਸੀਂ ਬਜਾਈ ਕਰ ਸਕਦੇ ਹੋ ਬੇਫਿਕਰ ਹੋ ਕੇ ਜਿਹੜੀ ਰੋਟਾਵੇਟਰ ਨਾਲ ਬਿਜਾਈ ਕਰਨੀ ਆ ਜੀਰੋ ਡ੍ਰਿਲ ਨਾਲ ਕਰਨੀ ਆ ਚਾਹੇ ਤੁਸੀਂ ਜਿਹੜੀ ਹੈਗੀ ਹੈਪੀ ਸੀਡਰ ਨਾਲ ਕਰਨੀ ਆ ਕਿਰਪਾ ਕਰਕੇ ਉਹਦੇ ਵਿੱਚ ਜਿਹੜੀ ਹੈਗੀ ਬੀਜ ਦੀ ਮਾਤਰਾ ਵੱਧ ਪਾਓ ਕਿਉਂਕਿ ਉਹਦੇ ਵਿੱਚ ਜਰਮੀਨੇਸ਼ਨ ਚ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਬੀਜ ਘਟ ਜਾਂਦਾ ਹੈਗਾ ਪਲੱਸ ਜਿਹੜੀ ਹੈਗੀ ਆ ਕਈ ਵਾਰ ਜਿਹੜਾ ਹੈਗਾ ਦਾਣਾ ਉੱਪਰ ਰਹਿ ਜਾਂਦਾ ਉਹ ਪੁੰਗਰ ਦਾ ਘਾਟਾ ਜਾਂ ਲੇਟ ਪੁੰਗਰ ਦਾ ਉਹਦੇ ਕਰਕੇ ਜਿਹੜੀ ਪੋਪੂਲੇਸ਼ਨ ਪੂਰੀ ਰੱਖਣ ਵਾਸਤੇ ਘੱਟੋ ਘੱਟ 50 55 ਕਿਲੋ ਬੀ ਪਾਓ ਰੋਟਾਵੇਟਰ ਨਾਲ ਜਾਂ ਜੀਰੋ ਡ੍ਰਿਲ ਨਾਲ ਜਾਂ ਹੈਪੀ ਸੀਡਰ ਨਾਲ ਜਿੱਥੇ ਕਣਕ ਕਿਸਾਨ ਵੀਰੋਂ ক্রੰਡ ਹੋਈ ਆ ਜਿੱਥੇ ਤੁਹਾਨੂੰ ਜਿਹੜਾ ਹੈ ਬਜਾਈ ਕੀਤੀ ਨੂੰ 8 ਤੋਂ 10 ਦਿਨ ਹੋ ਗਏ ਉੱਤੇ بارش ਹੋ ਗਈ ਆ ਥੋੜੀ ਪਾਪੂਲੇਸ਼ਨ 50% ਆ ਜਾਂ 60% ਆ ਉੱਥੇ ਤੁਸੀਂ ਜਿਹੜਾ ਹੈਗਾ ਹਲਕਾ ਪਾਣੀ ਲਾ ਕੇ ਛੱਟਾ ਦੇ ਸਕਦੇ ਹੋ ਕਈ ਕਿਸਾਨ ਵੀਰਾਂ ਦਾ ਸਵਾਲ ਸੀਗਾ ਕਿ ਪਾਣੀ ਦੇ ਨਾਲ ਜਿਹੜਾ ਕਣਕ ਨੂੰ ਨੁਕਸਾਨ ਹੋਊਗਾ ਨਹੀਂ ਹੁੰਦਾ ਕਿਉਂਕਿ ਜਿਹੜਾ ਹੈਗਾ 8 10 10 ਦਿਨ ਤੱਕ ਕਿਸਾਨ ਵੀਰੋਂ 12 ਦਿਨ ਤੱਕ ਜਿਹੜੀ ਕਣਕ ਪੁੰਗਰਦੀ ਆ ਤੇ ਉਹਨੇ એનર્ਜੀ ਆ ਆਪਦੀ ਜਿਹੜੀ ਦਾਣੇ ਤੋਂ ਲੈਣੀ ਹੁੰਦੀ ਆ ਜਦੋਂ ਫਸਲ ਦੀਆਂ ਜਿਹੜੀਆਂ ਜੜਾਂ ਡਿਵੈਲਪ ਹੋ ਜਾਂਦੀਆਂ ਉਹ ਜ਼ਮੀਨ ਤੋਂ ਜਿਹੜੇ ਤੱਤ ਲੈਣੇ ਸ਼ੁਰੂ ਕਰ ਦਿੰਦਾ ਬੂਟਾ ਮੰਨ ਲਓ 20-25 ਦਿਨ ਦਾ ਉਦੋਂ ਜੇ ਆਪਾਂ ਪਾਣੀ ਜਿਹੜਾ ਲਾਉਨੇ ਹੈਗੇ ਉਦੋਂ ਆਪਣਾ ਨੁਕਸਾਨ ਹੋ ਸਕਦਾ ਜੇ ਤੁਸੀਂ ਜਿਹੜਾ ਹੈਗਾ 10-12 ਦਿਨ ਤੇ ਜਿਹੜੀ ਪਾਪੂਲੇਸ਼ਨ ਪੂਰੀ ਨਹੀਂ ਹੋਈ ਉੱਥੇ ਤੁਸੀਂ ਹਲਕਾ ਪਾਣੀ ਲਾ ਕੇ ਜਿਹੜਾ ਕਣਕ ਦਾ ਦਾਣੇ ਦਾ ਬੀਜ ਦਾ ਛੱਟਾ ਦੇ ਦੇਉਂਦਾ ਤੁਹਾਡੀ ਜਿਹੜੀ ਪਾਪੂਲੇਸ਼ਨ ਪੂਰੀ ਹੋ ਜਾਊਗੀ ਸੋ ਜਿਹੜੀ ਦੁਬਾਰਾ ਤੁਹਾਨੂੰ ਬਜਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿੱਥੇ ਤੁਸੀਂ ਕਿਸਾਨ ਵੀਰੋ ਪਹਿਲੇ ਪਾਣੀ ਤੇ ਜਿਹੜਾ ਹੈਗਾ 22-25-30 ਦਿਨ ਤੱਕ ਪ ਪਹਿਲੇ ਪਾਣੀ ਤੋਂ ਪਹਿਲਾਂ ਮੈਗਨੀਜ਼ ਸਲਫੇਟ 1 ਕਿਲੋ 150 ਤੋਂ 200 ਲੀਟਰ ਪਾਣੀ ਚ ਪਾ ਕੇ ਉਹਦੀ ਸਪਰੇਅ ਜ਼ਰੂਰ ਕਰੋ ਮੈਗਨੀਜ਼ ਸਲਫੇਟ ਦੀ ਸਪਰੇਅ ਹੈ ਬਹੁਤ ਜ਼ਰੂਰੀ ਹੈ ਪਹਿਲੇ ਪਾਣੀ ਤੋਂ ਪਹਿਲਾਂ ਸਪਰੇਅ ਜ਼ਰੂਰ ਕਰੋ ਉਸ ਤੋਂ ਬਾਅਦ ਜਿਹੜੇ ਕੋਈ ਘਾਟ ਆਉਂਦੀ ਆ ਜਾਂ ਜੇ ਕੋਈ ਜ਼ਿੰਕ ਦੀ ਜਾਂ ਕੋਈ ਮੈਗਨੀਜ਼ ਦੀ ਦੁਬਾਰਾ ਸਪਰੇਅ ਕਰਨੀ ਕਿਉਂਕਿ ਮੈਗਨੀਜ਼ ਦੀਆਂ ਦੋ ਤਿੰਨ ਸਪਰੇਅਾਂ ਜ਼ਰੂਰੀ ਨੇ ਪਹਿਲੀ ਸਪਰੇਅ ਹੈ ਜਿਹੜੀ ਪਾਣੀ ਤੋਂ ਪਹਿਲਾਂ ਜ਼ਰੂਰ ਕਰੋ ਪਹਿਲੇ ਪਾਣੀ ਤੋਂ ਪਹਿਲਾਂ ਮੈਗਨੀਜ਼ ਸਲਫੇਟ ਦੀ ਸਪਰੇਅ ਜ਼ਰੂਰ ਕਰੋ ਜਿੱਥੇ ਬਾਰਸ਼ ਹੋ ਗਈਆਂ ਆਪਾ ਆਪਰੇਸ਼ਨ ਪੂਰੀ ਐ 22 25 ਦਿਨ ਦੀ ਕਣਕ ਹੋ ਗਈ ਉਹ ਤੇ ਤੁਸੀਂ ਪਹਿਲੀ ਜਿਹੜੀ ਹੈ ਕਿਸ਼ਤ ਯੂਰੀਆ ਦੀ ਜਰੂਰ ਪਾ ਦਿਓ ਹੋਰ ਤੁਹਾਡਾ ਸਵਾਲ ਹੈ ਜਾਂ ਕੋਈ ਕਮੈਂਟ ਆ ਜਾਂ ਤੁਹਾਡਾ ਸੁਝਾਅ ਜਰੂਰ ਦੱਸਿਓ ਥੱਲੇ ਉਹਦੇ ਬੇਸ ਤੇ ਜਿਹੜੇ ਹੈਗੇ 5 7 10 ਜਿਹੜੇ ਜਿੰਨੇ ਕੁਐਸਚਨ ਤੁਹਾਡੇ 20 50 ਆਉਣਗੇ ਉਹਦੇ ਬੇਸ ਤੇ ਜਿਹੜੀ ਮੈਂ ਅਗਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਵੀਡੀਓ ਵੱਤ ਵਤ ਸ਼ੇਅਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ